ਸਾਰੀ 4 ਸਾਲ ਬੀਤਣ ਦੇ ਬਾਅਦ ਜਗਰ ਪੰਜਾਬ ਦੀ ਜਨਤਾ ਦੇ ਹੱਥ ਦੇਖੀਏ ਤੇ ਉਹ ਖਾਲੀ ਖਾਲੀ ਉਹਨਾਂ ਦੇ ਹੱਥ ਆਇਆ ਬਾਬੇ ਕਾ ਠੱਲੂ ਕੈਪਟਨ ਸਾਹਿਬ ਦੇ ਅੰਦਰ ਜਾਂ ਪੰਜਾਬ ਕਾਂਗਰਸ ਦੇ ਅੰਦਰ ਕੀ ਨਸ਼ਾ ਖਤਮ ਕੀਤਾ ਜਾਏ ਉਸ ਦੇ ਆਪਣੇ ਐਮ ਐਲ ਏ ਉਸ ਦੇ ਆਪਣੇ ਵਜ਼ੀਰ ਇਹ ਸ਼ਰਾਬ ਵੀ ਵੇਚਣ ਲੱਗ ਪਏ ਤੇ ਰੇਤ ਮਾਫੀਆ ਦੇ ਨਾਲ ਵੀ ਮਿਲ ਗਏ ਪੁਲਿਸ ਦਾ ਰੋਲ ਕਿੱਥੇ ਰਹਿ ਜਾਂਦਾ ਫਿਰ ਪੁਲਿਸ ਵਾਲੀ ਦੀ ਨਾ ਪੁਲਿਸ ਵਾਲੀ ਆਪੇ ਨਾਲ ਮਿਲਣੀ ਹੈ ਇਹ ਪ੍ਰਤਾਪ ਸਿੰਘ ਬਾਜਬਾ ਸ਼ਿਮਸ਼ੇਰ ਦੂਲੋ ਕੋਈ ਛੋਟੀ ਮੋਟੀ ਹਸਤੀਆਂ ਨਹੀਂ ਹੈਗੀਆਂ ਸੰਕੇਤ ਮਿਲ ਰਹੇ ਨੇ ਕਿ ਸਿੱਧੂ ਫਿਰ ਘਰ ਵਾਪਸੀ ਕਰਨਗੇ ਭਾਜਪਾ ਚ ਬੜੇ ਇਮਾਨਦਾਰ ਨਵਜੋਤ ਸਿੱਧੂ ਲੀਡਰ ਨੇ ਬੇਬਾਕ ਬੋਲਣ ਵਾਲੇ ਲੀਡਰ ਨੇ ਉਹਨਾਂ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਜाहिਦ ਦੋਸਤੋ ਤੁਸੀਂ ਦੇਖ ਰਹੇ ਹੋ 7C نیوز ਦੀ ਖਾਸ ਕਵਰੇਜ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਹਰ ਅਪਡੇਟ ਤੋਂ ਜਾਣੂ ਕਰਵਾਇਆ ਜਾਏ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਰਾਜਨੀਤੀ ਤੇ ਭਾਵੇਂ ਉਹ ਕਾਂਗਰਸ ਵੱਲੋਂ ਅ ਕੱਢਿਆ ਸਮਾਂ 4 ਸਾਲ ਦਾ ਹੋਵੇ ਸਾਢੇ 3 ਸਾਲ ਦਾ ਹੋਵੇ ਜਾਂ ਫਿਰ ਬੀਜੇਪੀ ਵੱਲੋਂ ਕੀ ਹਲਚਲ ਇਸ ਵੇਲੇ ਚੱਲ ਰਹੀ ਹੈ ਉਹਨਾਂ ਦੇ ਖੇਮੇ ਦੇ ਵਿੱਚ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਪੁਰਵ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਜੀ ਗੱਲ ਕਰਾਂਗੇ ਉਹਦੇ ਨਾਲ ਮਾਸਟਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ 7C ਦੇ ਵਿੱਚ ਬਹੁਤ ਕਿਰਪਾ ਬਹੁਤ ਕਿਰਪਾ ਤੁਹਾਡੀ ਤੁਸੀਂ ਆਏ ਹੋ ਧੰਨਵਾਦ ਅਸਲੀ ਸਭ ਤੋਂ ਪਹਿਲਾ ਸਵਾਲ ਕਿ ਹੁਣ ਤੱਕ ਦਾ ਕਾਂਗਰਸ ਦਾ ਜਿਹੜਾ ਕਾਰਜਕਾਲ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਹਨੂੰ ਮੈਂ ਪੰਜਾਬ ਨਿਵਾਸੀ ਸਾਰੇ ਭੈਣਾਂ ਔਰ ਭਰਾਵਾਂ ਨੂੰ ਇਹ ਅਸਰ ਕਰਨਾ ਚਾਹਨਾ ਪੂਰੇ ਪੌਣੇ 4 ਸਾਲ ਕਾਂਗਰਸ ਨੇ ਇਸ ਪੰਜਾਬ ਦੀ ਜਨਤਾ ਦੇ ਵੇਸਟ ਕਰਤੇ ਨਾ ਕੋਈ ਵਿਕਾਸ ਕੰਮ ਹੋਇਆ ਨਾ ਕੋਈ پالਸੀ ਰੀਤੀ ਨੀਤੀ طے ਕੀਤੀ ਨਾ ਕਿਸੇ ਪਾਸੇ ਜਾਣਾ ਕਿੱਧਰਲੇ ਪਾਸੇ ਜਾਣਾ ਕੋਈ ਗੱਲਾਂ ਉਹ ਤੈ ਨਹੀਂ ਕਰ ਸਕੀ ਇਸ ਜ਼ਰੂਰ ਸੀ ਕਿ 4 ਪੌਣੇ 4 ਸਾਲ ਪਹਿਲੇ ਇਲੈਕਸ਼ਨ ਜਦੋਂ ਪੰਜਾਬ ਵਿਧਾਨ ਸਭਾ ਦਾ ਸੀ ਤਾਂ ਕਾਂਗਰਸ ਨੇ ਬਹੁਤ ਸਾਰੇ ਵਾਦੇ ਲੋਕਾਂ ਨਾਲ ਕੀਤੇ ਸਮਾਰ ਫੋਨ ਹਰ ਇੱਕ ਸਟੂਡੈਂਟ ਨੂੰ ਦਵਾਂਗੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਆਂਗੇ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਸਾਰੇ ਪੰਜਾਬ 'ਚ ਮਾਈਨਿੰਗ ਮਾਫੀਆ ਖਤਮ ਕਰ ਦੇਾਂਗੇ ਇੱਕ ਮਹੀਨੇ 'ਚ ਅਸੀਂ ਨਸ਼ਾ ਮੁਕਤ ਕਰ ਦੇਾਂਗੇ ਜੀ ਇਸ ਪ੍ਰਕਾਰ ਦੇ ਵਾਦੇ ਜਿਹੜੇ ਭੜਕਾਊ ਵਾਦੇ ਸੀਗੇ ਕੀਤੇ ਗਏ ਲੋਕੀ ਭ੍ਰਮਿਤ ਹੋ ਗਏ ਉਹ ਉਹਨੇ ਪੰਜਾਬ ਸਰਕਾਰ ਦੀ ਬਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ 'ਚ ਸੌਂਪ ਦਿੱਤੀ ਜੀ ਪਰ ਪੌਣੇ ਸਾਲ 4 ਸਾਲ ਬੀਤਣ ਦੇ ਬਾਅਦ ਆ ਜਗਰ ਪੰਜਾਬ ਦੀ ਜਨਤਾ ਦੇ ਹੱਥ ਦੇਖੀ ਤੇ ਉਹ ਖਾਲੀ ਖਾਲੀ ਉਹਨਾਂ ਦੇ ਹੱਥ ਆਇਆ ਬਾਬੇ ਕਾ ਠੁੱਲੂ ਕੁਝ ਪੱਲੇ ਨਹੀਂ ਪਿਆਉਣੇ ਦੇ ਹੱਥ ਭਰਮਿਤ ਹੋ ਗਏ ਲੋਕ ਨੇ ਔਰ ਬੜੀ ਮਾੜੀ ਹਾਲਤ ਹੈ ਕਾਂਗਰਸ ਦੀ ਬੇੜੀ ਜਿਹੜੀ ਇਹਨਾਂ ਜੀ ਉਹ ਵਰਕ ਹੋ ਗਈ ਹੁਣ ਪਤਾ ਨਹੀਂ ਲੱਗਦਾ ਵੈਸੇ ਦੇ ਦੇਸ਼ 'ਚ ਵੀ ਸਾਰੇ ਕਾਂਗਰਸ ਬੇੜਿਆ ਕਰ ਕੀ ਹੈ ਪੰਜਾਬ 'ਚ ਹੁਣ ਹੋ ਜਾਏਗਾ ਇਸ ਵਾਈਲ ਦੇ ਇਲੈਕਸ਼ਨਾਂ 'ਚ ਕੁਝ ਲੱਭੇਗਾ ਹੀ ਨਹੀਂ ਮਸਤੀ ਨਸ਼ੇ ਦੇ ਉੱਤੇ ਬਹੁਤ ਵੱਡੀ ਬਹਿਸ ਛੜੀ ਸੀਗੀ ਇਲੈਕਸ਼ਨਾਂ ਤੋਂ ਪਹਿਲਾਂ ਕਾਫੀ ਵਾਅਦੇ ਹੋਏ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਗੁਟਕਾ ਸਾਫ ਦੀ ਸੋਂ ਵੀ ਖਾਦੀ ਗਈ ਅੱਜ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪੰਜਾਬ ਦੇ ਵਿੱਚ ਕਰੀਬ 600 130 ਲੋਕਾਂ ਦੀ ਮੌਤ ਹੋ ਜਾਂਦੀ ਹੈ ਜ਼ਹਿਰੀਲੀ ਜ਼ਹਿਰੀਲੀ ਸ਼ਰਾਬ ਕਰਕੇ ਕੀ ਸਮਝਦੇ ਹੋ ਕਿ ਕਿੱਥੇ ਕਮੀ ਰਹਿ ਗਈ ਜਾਂ ਫਿਰ ਇੱਛਾ ਸ਼ਕਤੀ ਨਹੀਂ ਸੀਗੀ ਕੈਪਟਨ ਸਾਹਿਬ ਦੇ ਅੰਦਰ ਜਾਂ ਪੰਜਾਬ ਕਾਂਗਰਸ ਦੇ ਅੰਦਰ ਕੀ ਨਸ਼ਾ ਖਤਮ ਕੀਤਾ ਜਾਏ देखो जितु तक कैप्टन अमरेंद्र सिंह ਦਾ ذاتی ਵਿਅਕਤੀਤਵ ਹੈ ਜੀ ਮੇਰੇ ਉਹ ਮਿੱਤਰ ਨੇ ਬਹੁਤ ਚੰਗੇ ਆਦਮੀ ਨੇ ਪਰ ਜਿਹੜੇ ਉਹਨਾਂ ਨੇ ਵਾਦੇ ਕੀਤੇ ਸੀ ਨਾ ਸ਼ਰਾਬ ਮਾਫੀਆ ਖਤਮ ਕਰਨ ਦਾ ਰੇਤ ਮਾਫੀਆ ਖਤਮ ਕਰਨ ਦਾ ਉਸ ਦੇ ਆਪਣੀ ਐਮਐਲਏ ਉਸ ਦੇ ਆਪਣੀ ਵਜ਼ੀਰ ਇਹ ਸ਼ਰਾਬ ਵੀ ਵੇਚਣ ਲੱਗ ਪਏ ਤੇ ਰੇਤ ਮਾਫੀਆ ਦੇ ਨਾਲ ਵੀ ਮਿਲ ਗਏ ਰੀਸੈਂਟਲੀ ਤਰਨਤਾਰਨ ਅੰਮ੍ਰਿਤਸਰ ਅਤੇ ਬਟਾਲਾ ਦੇ ਅੰਦਰ ਜੋ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਪੀਣਾ ਮੌਤਾਂ ਹੋਈਆਂ ਇਸ ਦੇ ਇਲਜ਼ਾਮ ਤੋਂ ਕੈਪਟਨ ਨਮਿੰਦਰ ਸਿੰਘ ਸਾਹਿਬ ਬਚ ਨਹੀਂ ਸਕਦੇ ਕਿਉਂਕਿ ਉਹ ਚੀਫ ਮਿਨਿਸਟਰ ਨੇ ਹਰ ਚੰਗੇ ਮਾੜੇ ਦੀ ਉਹਨਾਂ ਦੀ ਜਵਾਬਦੇਰੀ ਹੈ ਔਰ ਮਨੁੱਖੀ ਜੀਵਨ 120 ਦੇ ਕਰੀਬ 130 ਦੇ ਕਰੀਬ ਚਲੇ ਜਾਣਾ ਬੜੀ ਦਰਦਨਾਕ ਹਸਾ ਐਸਾ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਐ ਇੰਨੀਆਂ ਵੱਡੀਆਂ ਭਿਆਨਕ ਤਰਾਸਦੀ ਹੋਈ ਐ ਨਕਲੀ ਸ਼ਰਾਬ ਵਿਸ਼ੈਦੀ ਸ਼ਰਾਬ ਔਰ ਉਸ ਤੋਂ ਵੀ ਵੱਡਾ ਦੁਖਦਾਈ ਪਹਿਲੂ ਇਹ ਹੋਇਆ ਐ ਕਿ ਇਸ ਚ ਕਾਂਗਰਸ ਦੇ ਐਮਐਲਏ ਦਾ ਨਾਮ ਆ ਰਿਹਾ ਕਾਂਗਰਸ ਦੀਆਂ ਲੀਡਰ ਜਿਹੜੀਆਂ ਜਨਾਨੀਆਂ ਉਹਨਾਂ ਦੇ ਨਾਮ ਆ ਰਹੇ ਨੇ ਕਿ ਉਹ ਸ਼ਰਾਬ ਕੱਢਣ ਦੇ ਧੰਦੇ ਚ ਪਿਛਲੇ 20-20 ਸਾਲ ਤੋਂ ਲੱਗੇ ਆ ਖਾਸ ਨਾਮ ਮਾਸਟਰ ਜੀ ਖਾਸ ਨਾਮ ਤੇ ਹੁਣ ਲੈਣਾ ਚੰਗਾ ਨਹੀਂ ਰਹੇਗਾ ਰਾਜਨੀਤਿਕ ਤੌਰ ਤੇ ਕਿਸੇ ਇੱਕ ਦਾ ਨਾਮ ਲੈਣਾ ਚੰਗਾ ਨਹੀਂ ਰਹੇਗਾ ਇਹ ਸਮਾਜ ਲਈ ਤੇ ਅਸੀਂ ਚੀਜ਼ਾਂ ਚੀਜ਼ਾਂ ਗਲਤ ਨੇ ਮਾਸਟਰ ਜੀ ਨਾਮ ਆਣਾ ਚਾਹੀਦਾ ਉਹਨਾਂ ਦਾ ਨਹੀਂ ਆਣਗੇ ਹੁਣ ਇਹ ਜਿਹਨਾਂ ਨੂੰ ਦੱਸਣਾ ਸੀ ਅਸੀਂ ਦੱਸਦਾ ਕੈਪਟਨ ਸਾਹਿਬ ਨੂੰ ਨਾਮ ਦੱਸ ਦੇਣਾ ਸਾਰਿਆਂ ਦੇ ਕਿ ਤੁਹਾਡੇ ਇਹ ਇਹ ਐਮਐਲਏ ਨਾਲ ਨੇ ਇਹ ਅਭਿਨੇਤਰੀਆਂ ਨੇਤਰੀਆਂ ਨਾਲ ਨੇ ਮਿਲੀਆਂ ਰੀਆਂ ਔਰ ਇਹਨਾਂ ਨੂੰ ਫੜੋ ਫੜੇ ਵੀ ਐਨੇ ਉਹਨਾਂ ਨੇ ਪਿਛੇ ਜੀ ਮੈਂ ਇੱਕ ਬਿਆਨ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਮੇਰੇ ਨਾਲ ਚੱਲਣ ਤਰਨ ਤਰਨ ਮੈਂ ਉਹਨਾਂ ਨੂੰ ਪਿੱਖੀ ਪਿੰਡ ਲੈ ਚੱਲਣਾ ਤਰਨ ਤਰਨ ਲੈ ਚੱਲਣਾ ਪੱਟੀ ਲੈ ਚੱਲਣਾ ਔਰ ਹਰੀ ਕੇ ਪੱਤਨ ਲੈ ਚੱਲਣਾ ਇਹਨਾਂ ਸਾਰੇ ਇਲਾਕਿਆਂ ਚ ਲੈ ਚੱਲਣਾ ਮੇਰੇ ਨਾਲ ਚੱਲਣ ਮੈਂ ਉਹਨਾਂ ਨੂੰ ਦੱਸਾਂਗਾ ਘਰ ਘਰ ਤੇ ਨਕਲੀ ਸ਼ਰਾਬ ਵੇਟੀ ਹੈ ਵੱਡੀਆਂ ਵੱਡੀਆਂ ਪੱਟੀਆਂ ਲੱਗੀਆਂ ਪਈਆਂ ਨੇ ਜੰਗਲਾਂ 'ਚ ਔਰ ਬੇਸ਼ੁਮਾਰ ਜਿਹੜੀ ਹੈ ਨਕਲੀ ਸ਼ਕਲ ਸੀ ਮਾਸਟਰ ਜੀ ਕਿ ਇਹ ਇੱਕ ਦਿਨ ਦਾ ਕੰਮ ਤੇ ਹਨ ਨਹੀਂ ਕਿ ਹਫਤੇ ਹਫਤਿਆਂ ਦੇ ਵਿੱਚ ਬਣੀ ਹੈ ਜਾਂ ਮਹੀਨਿਆਂ ਤੋਂ ਬਣੀ کئی ਸਾਲਾਂ ਤੋਂ ਇਹ ਕੰਮ ਹੋ ਰਹੇ ਨੇ 20 20 ਸਾਲਾਂ ਤੋਂ ਜੀ ਲਗਾਏ ਕਿਸ ਤਰ੍ਹਾਂ ਕਿਸ ਤਰ੍ਹਾਂ ਬਚਦੇ ਰਹੇ ਇਹ ਸਰਕਾਰ ਦੀ ਨਜ਼ਰ ਤੋਂ ਤੇ ਪੁਲਿਸ ਦੀ ਨਜ਼ਰ ਤੋਂ ਨਜ਼ਰ ਤੋਂ ਇਸ ਕਰਕੇ ਬਚਦੇ ਰਹੇ ਕਿ ਜਦੋਂ ਵੀ ਜਿਹੜੀ ਹਕੂਮਤ ਆਉਂਦੀ ਹੈ ਵੱਡੇ ਵੱਡੇ ਲੀਡਰ ਉਸ ਪਾਸੇ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ ਤੇ ਇਹ ਫੜੋ ਫੜੋ ਸਮੇਂ ਦੀ ਨੂੰ ਹਰ ਨੂੰ ਬਦਲ ਲੈਂਦੇ ਨੇ ਉਧਰ ਹੋ ਜਾਂਦੇ ਨੇ ਇਨੇ ਦਾ ਚੰਨ ਧੰਦਾ ਚੱਲਦਾ ਰਹਿੰਦਾ ਹੈ ਪੁਲਿਸ ਦਾ ਰੋਲ ਕਿੱਥੇ ਰਹਿ ਜਾਂਦਾ ਫਿਰ ਪੁਲਿਸ ਵਾਲੀ ਦੀ ਨਾ ਕਿ ਪੁਲਿਸ ਵਾਲੀ ਆਪੇ ਨਾਲ ਮਿਲਿਨੇ ਪੁਲਿਸ ਵਾਲੀ ਤੇ ਆਪੇ ਮਿਲਿਨੇ ਜਿਹੜੇ ਦਿਨਕਰ ਗੁਪਤਾ ਇਸ ਤੋਂ ਵੱਡਾ ਇਮਾਨਦਾਰ ਆਦਮੀ ਕੋਈ ਨਹੀਂ ਸੀ ਅੱਜ ਜਿਸ ਪ੍ਰਕਾਰ ਸ਼ਰਾਬ ਦੀਆਂ ਪੱਟੀਆਂ ਨਿਕਲਦੀ ਇਹਨੇ ਨਕਲੀ ਸ਼ਰਾਬ ਨਾਲ ਲੋਕੀ ਮਲ ਰਹੇ ਨੇ ਮੈਂ ਤਾਂ ਕਹਿੰਦਾ ਦਿਨਗੁਰ ਗੁਪਤੇ ਨੂੰ ਖੋਦੀ ਉਹਨੂੰ ਵੀ ਤਿਆਗ ਬੱਤੇ ਦੇ ਦੇਣਾ ਚਾਹੀਦਾ ਚੁੱਪ ਕਰਕੇ ਘਾਰੀ ਬੈਠਣਾ ਚਾਹੀਦਾ ਪੁਲਿਸ ਦੀ ਨੱਕ ਦੇ ਥੱਲੇ ਨਕਲੀ ਸ਼ਰਾਬ ਵਿਗੇ ਔਰ ਪੁਲਿਸ ਵਾਲੇ ਨਾਲ ਮਿਲ ਕੇ ਕੇ ਬੇਚ ਰਹੇ ਉਹਨੇ ਸ਼ਰਾਬ ਬੜੀ ਮੰਦਭਾਗੀ ਗੱਲ ਹੈ ਜੀ ਇਸ ਤੇ ਜਿੰਨੇ ਅਥਰੂ ਭਾਈ ਜਨ ਉਹਨੇ ਕੱਟਨੇ ਮਾਸਟਰ ਜੀ ਸ਼ਰਾਬ ਦਾ ਮੁੱਦਾ ਤੇ ਹੋਇਆ ਉਸ ਤੋਂ ਬਾਅਦ ਕੀ ਕੀਤਾ ਗਿਆ ਕਿ ਕਈ ਲੀਟਰ ਸ਼ਰਾਬ ਜਿਹੜੀ ਹੈ ਉਹ ਦਰਿਆ ਦੇ ਵਿੱਚ ਨਦੀਆਂ ਦੇ ਵਿੱਚ ਬਹਾਈ ਜਾ ਰਹੀ ਹੈ ਜਿਸ ਕਰਕੇ ਪਰਿਆਵਰਣ ਨੂੰ ਵੀ ਨੁਕਸਾਨ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਸੀਚੇਵਲ ਸਾਹਿਬ ਬੜੇ ਆਦਰ ਦੇ ਪ੍ਰਤੀਕ ਮੇਰੇ ਬੜੇ ਅਜ਼ੀਜ਼ ਸੰਤ ਨੇ ਬਹੁਤ ਇੱਜ਼ਤ ਕਰਨਾ ਮੈਂ ਮੇਰੀ ਉਹ ਇੱਜ਼ਤ ਕਰਦੇ ਨੇ ਮੈਂ ਉਹਦੀ ਵੀ ਬੜੀ ਇੱਜ਼ਤ ਕਰਨਾ ਜੀ ਅਗਰ ਇਹ ਨਕਲੀ ਸ਼ਰਾਬ ਨਦੀਆਂ ਚ ਭਾਈ ਜਾਏਗੀ ਨਦੀਆਂ ਦਾ ਪਾਣੀ ਦੂਸ਼ਿਤ ਕੀਤਾ ਜਾਏਗਾ ਜੀਵ ਜੰਤੂ ਪਾਣੀ ਦੇ ਅੰਦਰ ਮਰ ਜਾਣਗੇ ਮੱਛਲੀਆਂ ਮਰ ਜਾਣਗੀਆਂ ਜ਼ਹਿਰੀਲਾ ਪਾਣੀ ਪਸ਼ੂ ਪੀਣਗੇ ਉਹ ਮਰ ਜਾਣਗੇ ਆਦਮੀ ਤੇ ਮਾਰੀ ਰਿਆ ਹੁਣ ਪਸ਼ੂ ਨੂੰ ਵੀ ਮਾਰ ਦੇਣਾ ਇਹ ਨਕਲੀ ਸ਼ਰਾਬ ਜਿਹੜੀ ਹੈ ਨਾ ਜੀ ਬੇਸ਼ੁਮਾਰ ਜਾਨਾਂ ਲੈ ਕੇ ਰਹੀ ਗਈ ਹੈ ਲੈ ਬੇਸ਼ੁਮਾਰ ਜਾਨਾਂ ਲੈ ਕੇ ਜਾਏਗੀ ਅਗਰ ਇਹਨੂੰ ਨਾਥ ਨਹੀਂ ਪਾਈ ਨਾ ਜੀ ਕੈਪਟਨ ਸਾਹਿਬ ਨੇ ਤੇ ਇਹ ਕੈਪਟਨ ਸਾਹਿਬ ਦੀ ਸਰਕਾਰ ਵੀ ਗਈ ਗਈ ਸਮਝੋ ਤੂੰ ਹੀ ਸਮਝ ਲੋ ਜੀ ਮਾਸੀ ਗੱਲ ਤੂੰ ਹੀ ਕੀਤੀ ਹੈ ਕੈਪਟਨ ਸਾਹਿਬ ਦੀ ਸਰਕਾਰ ਦੀ ਉਹਨਾਂ ਦੇ ਆਪਣੇ ਨੁਮਾਇੰਦੇ ਭਾਵੇਂ ਬਾਜਵਾ ਹੋਵੇ ਭਾਵੇਂ ਦੂਲੋ ਹੋਵੇ ਉਹਨਾਂ ਦੇ ਖਿਲਾਫ ਹੋਈ ਬੈਠੇ ਨੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਰਾਜਨੀਤੀ ਪੂਰੀ ਗਰਮ ਹੈ ਇਸ ਵੇਲੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਣੀ ਪਾਰਟੀ ਦੇ ਖਿਲਾਫ ਜਾਣਾ ਬਹੁਤ ਵੱਡੇ ਜਿਗਰੇ ਦੀ ਗੱਲ ਹੈ ਇਹ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਦੂਲੋ ਕੋਈ ਛੋਟੀ ਮੋਟੀ ਅਸਤੀ ਨਹੀਂ ਹੈਗੀ ਦੋਨੇ ਇਸ ਪੰਜਾਬ ਦੇ ਮਹਤਰੀਮ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਚੁਕੇ ਆ ਭੂਤਪੂਰਵ ਕਾਂਗਰਸ ਪ੍ਰੈਜ਼ੀਡੈਂਟ ਦੋਨੇ ਸ਼ਮਸ਼ੇਰ ਸਿੰਘ ਦੂਲੋਵੀ ਤੇ ਪ੍ਰਤਾਪ ਸਿੰਘ ਬਾਜਬਾ ਵੀ ਪ੍ਰਤਾਪ ਸਿੰਘ ਬਾਜਬਾ ਰਿਸ਼ਤੇ ਚ ਮੇਰਾ ਬਹੁਤ ਅਜ਼ੀਜ਼ ਬਰਖੁਰਦਾਰ ਜੀ ਅਜ਼ੀਜ਼ ਬਰਖੁਰਦਾਰ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੇ ਸੰਬੰਧ ਨੇ ਔਰ ਆਪਣਾ ਰਾਜਨੀਤਿਕ ਕੈਰੀਅਰ ਦਾਤੇ ਲਗਾ ਕਰਕੇ ਦੋਨਾ ਲੀਡਰ ਨੇ ਜੋ ਬਿਆਨਬਾਜ਼ੀ ਕੀਤੀ ਹੈ ਮੈਂ ਕਹਿੰਦਾ ਸ਼ਾਬਾਸ਼ ਵੀ ਉਹਨਾਂ ਦੇ ਇਹੋ ਜਿਹੇ ਮਰਦ ਜਿਹੜੇ ਨੇ ਜੀ ਮਾਵਾਂ ਜ਼ੋਰ ਜ਼ਰੂਰ ਜੰਮਣ ਤਾਂਕਿ ਜਿਹੜੀ ਗਲਤ ਹੈ ਗਲਤ ਨੂੰ ਗਲਤ ਕਹਿ ਸਕਣ ਠੀਕ ਨੂੰ ਠੀਕ ਕਹਿ ਸਕਣ ਪ੍ਰਤਾਪ ਸਿੰਘ ਬਾਜਬਾ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਚਮਸ਼ੇਰ ਸਿੰਘ ਦੂਲੋ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਔਰ ਕੈਪਟਨ ਸਾਹਿਬ ਦੇ ਕੰਨਾਂ ਤੱਕ ਬਹਿਰੇ ਕੰਨਾਂ ਤੱਕ ਆਵਾਜ਼ ਪਹੁੰਚਾਈ ਹੈ ਕਿ ਦੇਖੋ ਤੜਾ ਤੜ ਲੋਕੀ ਮਰ ਰਹੇ ਨੇ ਤੜਾ ਤੜ ਤੁਹਾਡੇ ਆਦਮੀ ਸ਼ਰਾਬ ਵੇਚ ਰਹੇ ਨੇ ਸ਼ਰਾਬ ਕੱਢ ਰਹੇ ਨੇ ਔਰ ਵਿਸ਼ੈਲੀ ਸ਼ਰਾਬ ਜਿਹੜੇ ਨੇ ਵੇਚ ਰਹੇ ਨੇ ਔਰ ਲਾਕਡਾਊਨ ਤੇ ਜਦੋਂ ਸ਼ਰਾਬ ਦੇ ਠੇਕੇ ਬੰਦ ਸੀਗੇ ਅਦੋਂ ਸ਼ਰਾਬ ਵੇਚ ਰਹੇ ਨੇ ਮਾਸਟਰ ਜੀ ਜਾਖੜ ਸਾਹਿਬ ਦਾ ਰੋਲ ਕਿੱਥੇ ਰਹਿ ਜਾਂਦਾ ਜਦੋਂ ਇਦਾਂ ਦੀ ਰਾਜਨੀਤੀ ਹੋਵੇ ਕਿ ਉਹ ਕੈਪਟਨ ਸਾਹਿਬ ਦਾ ਤੋਤਾ ਆ ਜਾਂ ਕੁੰਭ ਕਰਨ ਸੁੱਤੇ ਹੋਏ ਨੇ ਇਸ ਤਰ੍ਹਾਂ ਦੀ ਅਗਰ ਰਾਜਨੀਤੀ ਹੋਣਾ ਸ਼ੁਰੂ ਹੋ ਜਾਏ ਤੇ ਫਿਰ ਕਾਂਗਰਸ ਦਾ ਕੀ ਫਿਊਚਰ ਹੋਵੇਗਾ ਪੰਜਾਬ ਦੇ ਵਿੱਚ ਮੈਂ ਸੁਨੀਲ ਜਾਖੜ ਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਮੇਰੇ ਅਜੀਜ਼ ਦੋਸਤ ਨੇ ਮੇਰੇ ਬਰਖੁਰਦਾਰ ਨੇ ਉਹ ਵੀ ਮੈਂ ਉਹਨਾਂ ਦੇ ਬਾਰੇ ਵਿੱਚ ਵੀ ਕੋਈ ਨਹੀਂ ਗੱਲ ਕਹਿਣਾ ਚਾਹੀਏ ਕੋਈ ਕੀ ਕਹਿ ਰਿਹਾ ਮੈਂ ਨਹੀਂ ਕਹਿਣਾ ਚਾਹੁੰਦਾ ਕਿਸ ਕਿਸ ਤਰ੍ਹਾਂ ਦੀ ਰਾਜ ਪਰ ਮੈਂ ਪਰ ਮੈਂ ਇਹ ਕਹਿਣਾ ਕਿ ਬਈ ਸ਼ਰਾਬ ਮਾਫੀ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ ਨਾ ਜੀ ਇਹ ਮਾੜਾ ਨਹੀਂ ਉਹਨਾਂ ਨੇ ਕੀਤਾ ਹੈ ਕੰਮ ਉਹ ਸੁਨੀਲ ਜਾਖੜ ਕਿਉਂਕਿ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਉਹਨੇ ਆਪਣਾ ਬਚਾਅ ਆਪਣੀ ਪਾਰਟੀ ਦਾ ਬਚਾਅ ਆਪਣੀ ਸਰਕਾਰ ਦਾ ਬਚਾਅ ਤੇ ਕਰਨਾ ਹੀ ਕਰਨਾ ਹੈ ਮੈਂ ਉਹਨਾਂ ਦੇ ਬਾਰੇ ਵਿੱਚ ਕੋਈ ਮੰਦ ਭਾਗੀ ਗੱਲ ਨਹੀਂ ਕਰ ਸਕਦਾ ਪਰ ਇਹ ਜ਼ਰੂਰ ਕਹਾਂਗਾ ਕਿ ਆਪਣੀ ਸਰਕਾਰ ਦਾ ਉੱਤਰਦਾਇਿਤਵ ਕੀ ਹੋਣਾ ਚਾਹੀਦਾ ਹੈ ਇਹ ਜ਼ਰੂਰ ਕੈਪਟਨ ਸਾਹਿਬ ਨੂੰ ਦੱਸਣ ਆਪਣੇ ਮਿਨਿਸਟਰਾਂ ਨੂੰ ਜ਼ਰੂਰ ਸੁਨੀਲ ਦਾਖਲ ਸਾਹਿਬ ਦੱਸਣ ਮੈਂ ਬਹੁਤ ਵਾਰ ਅਸੈਂਬਲੀ ਚ ਉਹਨਾਂ ਨੂੰ ਬੋਲਦੇ ਦੇਖਿਆ ਔਰ ਅਨੇਕਾਂ ਵਰਸ਼ਾਂ ਚ ਮੇਰੇ ਨਾਲ ਉਹ ਐਮਐਲ ਰਹੇ ਨੇ ਔਰ ਉਹ ਆਪਣੀ ਆਵਾਜ਼ ਬੁਲੰਦ ਕਰਨ ਕਿ ਸ਼ਰਾਬ ਮਾਫੀਆ ਜਿਹੜਾ ਹੈ ਇਸ ਤੇ ਬੈਨ ਲਗੇ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਚੁੱਕ ਕੇ ਅੰਦਰ ਕੀਤਾ ਜਾਏ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਸੁਨੀਲ ਜਾਖੜ ਨੂੰ ਵੀ ਕਿ ਵੀ ਐਕਸ਼ਨ ਲਓ ਆਪਣੀ ਸਰਕਾਰ ਨੂੰ ਅਸਲੀ ਕਰੋਨਾ ਕਾਲ ਦੇ ਚੱਲਦਿਆਂ ਪੰਜਾਬ ਸਰਕਾਰ ਕਿੱਥੇ ਕਾਮਯਾਬ ਰਹੀ ਹੈ ਜਾਂ ਕੀ ਉਹਦਾ ਸਟੇਟਸ ਹੈ ਕਰੋਨਾ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਦੇਖੋ ਇੱਕ ਮਹਾਮਾਰੀ ਹੈ ਇਹ ਕਿਸੇ ਸਰਕਾਰ ਦੇ ਵਾਸਤੇ ਨਹੀਂ ਹੈਗਾ ਜੋ ਇਹਨਾਂ ਨੇ ਜੋ ਇਹਨਾਂ ਨੇ ਰੂਲਸ ਬਣਾਏ ਕਦੀ ਕਹਿ ਦਿੰਦੇ ਆ ਕਿ ਆਵਾਜ਼ਾਂ ਹੀ ਬੰਦ ਰਹਿਗੀ ਬਾਜ਼ਾਰ ਖੁੱਲੇ ਰਹਿਣਗੇ ਕਦੀ ਰਾਤ ਕਰਫਿਊ ਲੱਗ ਜਾਂਦਾ ਹੈ ਕਦੀ ਉਹ ਹਟਾ ਦਿੰਦੇ ਆ ਦੇਖੋ ਦੇਖੋ ਬਿਮਾਰੀ ਐਸੀ ਹੈ ਜੀ ਇਹ ਬਿਮਾਰੀ ਦਾ ਹੀ ਪਤਾ ਨਹੀਂ ਲੱਗ ਰਿਹਾ ਕੀ ਬਿਮਾਰੀ ਹੈ ਜਦ ਤੱਕ ਇਸ ਬਿਮਾਰੀ ਦਾ ਕੋਈ ਵਾਇਰਸ ਨੂੰ ਨੱਕ ਪਾਉਣ ਵਾਸਤੇ ਵੈਕਸੀਨ ਤਿਆਰ ਨਹੀਂ ਹੋਈ ਜਦੋਂ ਤੱਕ ਕੋਈ ਇੰਜੈਕਸ਼ਨ ਨਹੀਂ ਲੱਗਿਆ ਜਦ ਤੱਕ ਕੋਈ ਦਵਾਈ ਨਹੀਂ ਬਣੀ ਤਦ ਤੱਕ ਸਰਕਾਰਾਂ ਵੀ ਘੁੰਮਦੀਆਂ ਰਹਿਣੀਆਂ ਤੇ ਇਹ ਵਾਇਰਲ ਵੀ ਘੁੰਮਦੇ ਰਹਿਣਾ ਨਾ ਮੋਦੀ ਦੇ ਬਸ ਦੀ ਗੱਲ ਹੈ ਨਾ ਕੈਪਟਨ ਸਾਹਿਬ ਦੇ ਬਸ ਦੀ ਗੱਲ ਹੈਗੀ ਹੈ ਇਸ ਕਰਕੇ ਉਹ ਨੀਤੀਆਂ ਬੰਦੀਆਂ ਕੁਝ ਟੈਂਦੀਆਂ ਕੁਝ ਫੇਰ ਬੰਦੀਆਂ ਫੇਰ ਢਹਿ ਜਾਂਦੀਆਂ ਇਸ ਤਰ੍ਹਾਂ ਦੀ ਚੱਲਦਾ ਰਹਿੰਦਾ ਹੈ ਮਾਸਟਰ ਜੀ 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 ਲੇਕਿਨ ਜੇਕਰ ਇਹ ਨੱਥ ਨਾ ਪਈ ਇਸ ਕਰੋਨੇ ਨੂੰ ਤੇ 2021 ਦੇ ਦਸੰਬਰ ਤੇ ਮਹੀਨੇ 2 ਲੱਖ 76 ਹਜ਼ਾਰ ਆਦਮੀ ਇੱਕ ਦਿਨ ਚ ਸਕਰਮੇ ਤੋਣਗੇ 20 ਹਜ਼ਾਰ ਇੱਕ ਦਿਨ ਚ ਲੋਕੀ ਮਰਿਆ ਕਰਨਗੇ ਜੇ ਦਵਾਈ ਕੋਈ ਨਾ ਬਣੀ ਤਾਂ ਐਸਾ ਸੈਨਦਾਨ ਕਹਿ ਰਹੇ ਨੇ ਮਾਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਮੁੱਦਾ ਇਸ ਲਈ ਬਹੁਤ ਭਖਿਆ ਹੋਇਆ ਜੋ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਭਖਿਆ ਆ ਉਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜਿਸ ਤਰ੍ਹਾਂ ਕਿ ਉਹਨਾਂ ਦੀ ਵਾਈਫ ਨੇ ਟਵੀਟ ਵੀ ਕੀਤਾ ਕਿ ਸਾਡੀ ਬੀਜੇਪੀ ਨਾਲ ਕੋਈ ਲੜਾਈ ਨਹੀਂ ਤੇ ਅਸੀਂ ਮੰਨ ਕੇ ਚੱਲੀਏ ਕਿ ਸੰਕੇਤ ਮਿਲ ਰਹੇ ਨੇ ਕਿ ਸਿੱਧੂ ਫਿਰ ਘਰ ਵਾਪਸੀ ਕਰਨਗੇ ਬੀਜੇਪੀ ਚ ਦੇਖੋ ਕੋਈ ਸ਼ਰਤਾਂ ਕਿਸੇ ਲੀਡਰ ਦੀਆਂ ਸਵੀਕਾਰ ਬੀਜੇਪੀ ਨੇ ਬੀਜੇਪੀ ਇੱਕ ਸਮੁੰਦਰ ਹੈ ਉਸ ਚ ਕਿਸੇ ਦੀਆਂ ਸ਼ਰਤਾਂ ਤੁੜੀਆਂ ਸਵੀਕਾਰ ਕਰਨੀਆਂ ਬੀਜੇਪੀ ਕਿਹਦੇ ਨਾਲ ਸਮਝੌਤਾ ਕਰਦੀ ਹੈ ਕਿਹਦੇ ਨਾਲ ਸਮਝੌਤਾ ਨਹੀਂ ਕਰਦੀ ਇਹ ਸਿੱਧੂ ਸਾਹਿਬ ਦੇ ਵਿੰਬ ਦੇ ਉੱਤੇ ਥੋੜਾ ਇਖਤियार ਕਰਨਾ ਸੀ ਜੀ ਸਾਡੀ ਆਪਣੀ ਪਾਰਟੀ ਹੈ ਆਪਣੀ ਹੋਣ ਉਹ ਕੱਲ ਵੀ ਸਮਾਨਿਤ ਸਨ ਜੀ ਬੜੇ ਇਮਾਨਦਾਰ ਨਜੂਦ ਸਿੱਧੂ ਲੀਡਰ ਨੇ ਬੇਬਾਕ ਬੋਲਣ ਵਾਲੇ ਲੀਡਰ ਨੇ ਉਹਨਾਂ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਉਹ ਆਉਣਾ ਚਾਹੁੰਦੇ ਨੇ ਆਪਣੀ ਪਾਰਟੀ 'ਚ ਉਹਨਾਂ ਦੀ ਆਪਣੀ ਪਾਰਟੀ ਹੈ ਪਹਿਲੇ ਵੀ ਇਸ ਪਾਰਟੀ ਨੇ ਉਹਨਾਂ ਨੂੰ ਬੜਾ ਮਾਣ ਦਿੱਤਾ ਹੁਣ ਵੀ ਉਹਨਾਂ ਲਈ ਉਹੀ ਮਾਣ ਸਤਿਕਾਰ ਬਰਾਬਰ ਉਹਨਾਂ ਦੇ ਲਈ ਹੈ ਉਹ ਆਪੇ ਫੈਸਲਾ ਕਰ ਲੈਣ ਕਿ ਕੀ ਕਰਨਾ ਚਾਹੁੰਦੇ ਕਿੱਥੇ ਰਹਿਣਾ ਚਾਹੁੰਦੇ ਕਿੱਥੇ ਜਾਣਾ ਚਾਹੁੰਦੇ ਜੇ ਉਹ ਕਾਂਗਰਸ ਰਹਿੰਦੇ ਨੇ ਸਾਡੇ ਲਈ ਤਾਂ ਵੀ ਉਹ ਆਦਰਨੀਕ ਨੇ ਜੇ ਸਾਡੇ ਚ ਆ ਜਾਣਗੇ ਤਾਂ ਵੀ ਸਾਡੇ ਲਈ ਆਦਰਨੀਕ ਨੇ ਇਹ ਉਹਨਾਂ ਦੀ ਆਪਣੀ ਰੀਤੀ ਰੀਤੀ ਹੈ ਜਿਸ ਦੇ ਉਹਨਾਂ ਨੇ ਚੱਲਣਾ ਹੈ ਇਸ ਦੇ ਬਾਰੇ ਜੇ ਅਸੀਂ ਕੀ ਕਹਿ ਸਕਨੇ ਆ ਪਰ ਜੇ ਉਹ ਸਾਡੀ ਪਾਰਟੀ ਚਾਹੁੰਦੇ ਅਸੀਂ ਸਵਾਗਤ ਕਰਨੇ ਹਾਂ ਉਹਨਾਂ ਦਾ ਜੀ ਮਾਸਟਰ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਸਮਝੌਤਾ ਕਿਸ ਪਾਰਟੀ ਨਾਲ ਤੁਸੀਂ ਕਰਦੇ ਹੋ ਕਿਸ ਪਾਰਟੀ ਨਾਲ ਨਹੀਂ ਕਰਦੇ ਇਹ ਪਾਰਟੀ ਦੇ ਹਾਈ ਕਮਾਂਡ ਤਿਆ ਕਰੇਗੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਭਾਜਪਾ ਆਉਣ ਵਾਲੇ ਚੋਣਾਂ ਦੇ ਵਿੱਚ ਬਾਈ ਦੇ ਵਿੱਚ ਅਲੱਗ ਲੜਨ ਨੂੰ ਤਿਆਰ ਬੈਠੀ ਹੈ ਜਾਂ ਫਿਰ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਸਾਨੂੰ ਇਕੱਲੇ ਲੜਨਾ ਚਾਹੀਦਾ ਮੇਰੀ ਮੇਰੀ ਹੀ ਤੁਸੀਂ ਪੁਰਾਣੀ ਗੱਲ ਕੇ ਬਹਿ ਗਏ ਹੋ 13 ਜਨਵਰੀ ਨੂੰ ਜਦੋਂ ਅਸ਼wini ਸ਼ਰਮਾ ਦੁਆਰਾ ਪ੍ਰਦਾਨ ਬਣਿਆ ਤੇ ਉਹਨਾਂ ਦੀ ਤਾਜਪੂਸ਼ੀ ਤੇ ਮੈਂ ਹੀ ਕਹਿ ਸੀ ਇਹ ਕਾਲੀਆਂ ਨੂੰ ਛੱਡ ਕੇ 117 ਸੀਟਾਂ ਦੇ ਲੜਨਾ ਚਾਹੀਦਾ ਜੀ ਮਦਰੂਨ ਮਿੱਤਲ ਜਿਹੜੇ ਨੇ ਸੀਨੀਅਰ ਪਾਰਟੀ ਦੇ ਲੀਡਰ ਉਹਨਾਂ ਨੇ ਵੀ ਮੇਰੀ ਗੱਲ ਨੂੰ ਇੰਡੋਰਸ ਕੀਤਾ ਸੀ ਔਰ ਰੇਣਵਾ ਸਾਹਿਬ ਨੇ ਵੀ ਇੰਡੋਰਸ ਕੀਤਾ ਸੀ ਜੀ ਮੈਂ ਤਾਂ ਚਾਹਨਾ ਕਿ ਵੀ ਪਾਰਟੀ ਵੱਖਰੀ ਲੜੇ ਹੁਣ ਪਾਰਟੀ ਦੀ ਹਾਈ ਕਮਾਂਡ ਕੀ ਕਹਿੰਦੀ ਹੈ ਤੇ ਪਾਰਟੀ ਦੀ ਹਾਈ ਕਮਾਂਡ ਨੇ ਫੈਸਲਾ ਕਰਨਾ ਕਿ ਵੱਖਰੇ ਲੜਨਾ ਹੈ ਕਿ ਮਿਲ ਕੇ ਲੜਨਾ ਅਸੀਂ ਦੋਨੇ ਦੋਨੇ ਪੱਖਾਂ ਚ ਐਸੀ ਤਿਆਰ ਆਨ ਮਿਲ ਕੇ ਲੜਨਾ ਤਾਂ ਵੀ ਤਿਆਰ ਆਨ ਨਹੀਂ ਲੜ ਕੇ ਮਿਲਣਾ 117 ਤੇ ਲੜਨਾ ਸੀ ਤਾਂ ਵੀ ਬਿਗਲ ਬਜਾਉਣ ਨੂੰ ਤਿਆਰ ਆਨ ਤੇ ਉਹਦੇ ਤੋਂ ਬਿਨਾਂ ਲੜੋਗੇ ਮਾਸਟਰ ਜੀ ਤੇ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਨੁਕਸਾਨ ਹੋਏਗਾ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਪਹਿਲਾਂ ਹੋਇਆ ਮੈਂ ਸਮਝੀ ਨਾ ਜੀ ਕੋਈ ਨੁਕਸਾਨ ਉਹ ਪਹਿਲੀ ਬੀਜੇਪੀ ਜਨਸੰਘ ਦੇ ਬੇਲੇ ਵਾਲੀ ਬੀਜੇਪੀ ਨਹੀਂ ਰਹੀ ਹੈ ਹੁਣ ਬੀਜੇਪੀ ਸਾਰੇ ਹਿੰਦੁਸਤਾਨ ਤੇ ਰਾਜ ਕਰ ਰਹੀ ਹੈ ਅਸੀਂ ਐਡਵਾਂਸ ਹੋ ਗਈ ਹੈ ਨਹੀਂ ਨਹੀਂ ਦੇਖੋ ਅਸੀਂ ਹਿਮਾਚਲ ਚਿੱਤ ਤਜਰਬਾ ਕੀਤਾ ਇਕੱਲੇ ਲੜਿਆ ਅਸੀਂ ਸਰਕਾਰ ਬਣਾਈ ਹੈ ਹਰਿਆਣੇ ਚ ਤਜਰਬਾ ਕੀਤਾ ਸਰਕਾਰ ਬਣਾਈ ਹੈ ਜੰਮੂ ਕਸ਼ਮੀਰ ਚ ਅਸੀਂ ਤਜਰਬਾ ਕੀਤਾ ਸਰਕਾਰ ਬਣਾਈ ਹੈ ਇੱਥੇ ਵੀ ਸਰਕਾਰ ਬਣਾਵਾਂਗੇ ਬੀਜੇਪੀ ਨੇ ਰੋਲ ਸਰਕਾਰ ਬਣਾਏਗੀ ਜੀ ਇਸ ਗੱਲ ਦਾ ਅਸੀਂ ਪੂਰਾ 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 ਭਰੋਸੇ ਨਾਲ ਗੱਲ ਕਰਨੇ ਹਾਂ ਜੀ ਮਾਸਟਰ ਜੀ ਹੁਣ ਗੱਲ ਕਰੀਏ ਪਠਾਨਕੋਟ ਦੀ ਕਿਉਂਕਿ ਤੁਹਾਡੀ ਵੀ ਰਾਇਸ਼ ਪਠਾਨਕੋਟ ਦੀ ਹੈ ਤੇ ਪਠਾਨਕੋਟ ਦੇ ਵਿੱਚ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਜਾਂ ਲੋਕਾਂ ਨੂੰ ਮੋਢਲੀਆਂ ਸਹੂਲਤਾਂ ਜਿਹੜੀਆਂ ਦੇਣ ਦੀ ਗੱਲ ਹੋਵੇ ਪਠਾਨਕੋਟ ਕਿੱਥੇ ਸਟੈਂਡ ਕਰਦਾ ਪਿਆ ਪਿਛਲੇ ਸਾਢੇ 3-4 ਸਾਲਾਂ 'ਚ ਨਾ ਜੀ ਨਾ 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 ਜ਼ੀਰੋ ਕਿਤੇ ਵੀ ਖੜਾ ਨਹੀਂ ਹੋਇਆ ਜੀ ਪਠਾਨਕੋਟ ਦਾ ਬਣਿਆ ਹੀ ਕੁਝ ਨਹੀਂ ਹੈਗਾ ਜੀ ਵਿਕਾਸ ਪੱਖੋਂ ਬਿਲਕੁਲ ਕਾ ਯਾਨੀ ਦਿਵਾਰਾ ਨਿਕਲ ਚੁੱਕਾ ਪਠਾਨਕੋਟ ਦਾ ਇਹ ਇੱਕ بارش ਪਈ ਹੈ ਜੀ ਰਾਤ ਪਹਿਲੀ بارش ਪਈ ਹੈ ਨਾਲਿਆਂ ਚੜ ਆ ਗਿਆ ਗਾਂਧੀ ਚੌਂਕ ਭਰ ਗਿਆ ਕਾਂਗਰਸ ਬਾਜ਼ਾਰ ਭਰ ਗਿਆ ਸੜਕਾਂ ਟੁੱਟ ਗਈਆਂ ਮੈਂ ਕਹਿੰਦਾ ਜੀ ਚੋਈ ਕੁਛ ਨਾ ਬੁਰਾ ਹਾਲ ਹੈ ਔਰ ਮੈਂ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਅੱਜ ਤੋਂ 4 ਮਹੀਨੇ ਪਹਿਲੇ ਲਿਖਿਆ ਸੀਗਾ ਕਿ ਬਰਸਾਤ ਦਾ ਮੌਸਮ ਆ ਰਿਹਾ ਹੈ ਨਾਲਿਆਂ ਦੀ ਸਫਾਈ ਕਰ ਲਓ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਹ ਢਾਂਗੂ ਪੀਰ ਦਾ ਨਾਲਾ ਦੇਖ ਲਓ ਸੁੰਦਰ ਨਗਰ ਦਾ ਨਾਲਾ ਦੇਖ ਲਓ ਇਹ ਪਠਾਨਕੋਟ ਦਾ ਸ਼ਹਿਰ ਦੇ ਅੰਦਰ ਬੰਗਲੌਰਨ ਹਾਲ ਦੇਖ ਲਓ ਭਰਿਆ ਪਿਆ ਗੰਦਗੀ ਨਾਲ ਕੋਈ ਪ੍ਰੋਵਾਈਡ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਹਰ ਆਦਮੀ ਜਿਹੜਾ ਨਾ ਇਸ ਵੇਲੇ ਕਾਂਗਰਸ ਦੇ ਰਾਜ 'ਚ ਸੋਚਦਾ ਹੈ ਪੈਸਾ ਬਣਾ ਲਓ ਕਿਸੇ ਨੇ ਕੀ ਕਿਹਾ ਪੈਸਾ ਬਣਾ ਲਓ ਇੱਕ ਮਤਲਬ ਕੁਛ ਆਦਮੀ ਰੱਖੇ ਨੇ ਉਹ ਐਵੇਂ ਹੀ ਪ੍ਰਚਾਰ ਕਰੀ ਜਾਂਦੇ ਨੇ ਅਸੀਂ ਇਹ ਕਰਾਰੇ ਅਸੀਂ ਉਹ ਕਰਾਰੇ ਅਸੀਂ ਉਹ ਕਰਾਰੇ ਵਸਜੀ ਕਿ ਬਹੁਤ ਸਾਰੇ ਉਦਘਾਟਨ ਹੋ ਰਹੇ ਨੇ ਬਹੁਤ ਸਾਰੇ ਨੀਂਹ ਪੱਥਰ ਰੱਖੇ ਜਾ ਰਹੇ ਨੇ ਔਰ ਬਹੁਤ ਸਾਰੇ ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਕਿ ਅਸੀਂ ਬਹੁਤ ਸਾਰਾ ਕੰਮ ਕਰਵਾਇਆ ਮੇਰੇ ਮੈਂ ਤੇ ਪਿਛਲੇ 4 ਸਾਲ ਤੋਂ ਹੀ ਸੁਣ ਰਹੇ ਹਾਂ ਫਲਾਈਓਵਰ ਬਣ ਰਹੇ ਨੇ ਕਈ ਬਣ ਕੇ ਵੀ ਤਿਆਰ ਹੋ ਗਏ ਨੇ ਇੰਨਾ ਪੈਸਾ ਵੀ ਮਦੂਰ ਹੋ ਗਿਆ ਮੈਨੂੰ ਤੇ ਕੁਝ ਲੱਭਾ ਨਹੀਂ ਇਸੇ ਤਰ੍ਹਾਂ ਸੜਕਾਂ ਬਣ ਰਹੀਆਂ ਨੇ ਜਿਹੜੀ ਮੈਂ ਸੜਕ ਬਣਾਈ ਸੀਗੀ ਇਧਰ ਲਈ ਇਹ ਆਨੰਦਪੁਰ ਤੋਂ ਲੈ ਕੇ ਖਾਨਪੁਰ ਨੂੰ ਜੋੜਨ ਵਾਲੀ ਇਹ ਕਾਠ ਦੇ ਪੁਲ ਤੋਂ ਲੈ ਕਰਕੇ ਇਹ ਸੜਕ ਜੇ 4 ਸਾਲ ਜਿਹੜੇ ਲੋਕਾਂ ਦਾ ਹਾਲ ਹੋਇਆ ਲੋਕਾਂ ਨੇ ਆਪਣੇ ਸਿਰ ਤੇ ਜੁੱਤੀਆਂ ਮਾਰ ਲਈਆਂ ਨੇ ਹੁਣ ਕਿਤੇ ਜਾ ਕਰਕੇ ਕਿਸ ਉਹ ਸਰਕਾਰ ਸਾਡੀ ਠੀਕ ਰਾਈਏ ਇਹ ਸੜਕ ਜਿਹੜੀ ਜਾਂਦੀ ਹੈ ਸਾਡੇ ਕੋਟ ਨੂੰ ਉਹ ਪਰਸੋਂ ਬਣਾਈ ਸੀ ਅੱਜ ਟੁੱਟ ਵੀ ਗਈ ਹੈ ਉਹ ਬਰਸਾਤ ਦਾ ਇੱਕ ਝਟਕਾ ਵੀ ਨਹੀਂ ਸਹਿ ਸਕੀ ਉਹ ਸੜਕ ਮਤਲਬ ਸੀ ਪੈਸੇ ਖਾਣੇ ਨੇ ਖਾਈ ਜਾਂਦੇ ਪਏ ਤੁਸੀਂ ਬਰਸਾਤ ਦੀ ਗੱਲ ਕੀਤੀ ਹੈ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਮੈਂ ਇੱਕ ਸਵਾਲ ਮੇਰੇ ਮਨ ਦਾ ਮੇਰਾ ਪਰਸਨਲ ਸਵਾਲ ਸਮਝ ਲਓ ਕਿ ਇਲੈਕਸ਼ਨਾਂ ਤੋਂ ਪਹਿਲਾਂ ਜਿਸ ਤਰ੍ਹਾਂ ਕੋਈ ਟਾਈਮ ਥੋੜਾ ਰਹਿ ਗਿਆ ਇਸ ਤੋਂ ਪਹਿਲਾਂ ਜਦੋਂ ਕਿਤੇ ਕੋਈ ਗੱਲ ਹੁੰਦੀ ਸੀ ਜਾਂ ਪੀਡਬਲਯੂਡੀ ਵਾਲੇ ਨਾਲ ਹੁੰਦੀ ਸੀ ਜਾਂ ਕਿਸੇ ਠੇਕੇਦਾਰ ਨਾਲ ਹੁੰਦੀ ਸੀ ਤੇ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਬਰਸਾਤਾਂ ਦੇ ਦਿਨਾਂ 'ਚ ਸੜਕ ਨਹੀਂ ਬਣਦੀ ਲੁੱਕ ਨਹੀਂ ਪੈਂਦੀ ਪਰ ਅੱਜ ਜੇ ਤੁਸੀਂ ਦੇਖੋ ਪਠਾਨਕੋਟ ਦੇ ਵਿੱਚ ਜਾਂ ਆਸੇ-ਪਾਸੇ ਸੜਕਾਂ ਦਾ ਕੰਮ ਲੱਗਿਆ ਹੋਇਆ ਮਜ਼ਦੂਰ ਜਿਹੜੇ ਲੱਗੇ ਹੋਏ ਨੇ ਇਹ ਚੀਜ਼ ਸਮਝ ਨਹੀਂ ਆਈ ਕਿ ਹੁਣ ਕਿਸ ਆਪਣੀ ਆਪਣੀਆਂ ਕਮਿਸ਼ਨਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਇਕੱਠਾ ਕਰਨ ਵਾਸਤੇ ਲੱਗੇ ਆਪਣੀਆਂ ਕਮਿਸ਼ਨਾਂ ਲੈਣੀਆਂ ਨੇ ਇਸ ਕਰਕੇ ਕੰਮ ਕਰ ਰਹੇ ਨੇ ਬਰਸਾਤ ਵੀ ਦਿਨਾਂ ਚ ਤੁਸੀਂ ਸੜਕਾਂ ਬਣਾਓਗੇ ਵੀ ਅੱਜ ਇਸ ਬਣਾਓਗੇ ਕੱਲ ਤੇ ਟੁੱਟ ਜਾਣੀਆਂ ਉਹਨੇ ਨੇ ਸੜਕਾਂ ਬਣਾਉਣ ਦਾ ਮੌਸਮ ਸੀ ਮਈ ਜੂਨ ਚ ਜਦੋਂ ਭਰਬੂਰ ਗਰਮੀ ਸੀ ਲੋਕ ਪੈ ਸਕਦੀ ਸੀ ਸੜਕਾਂ ਬਣ ਸਕਦੀਆਂ ਪੱਕੀਆਂ ਬਣ ਸਕਦੀਆਂ ਕੀਤਾ ਹੀ ਕੁਝ ਨਹੀਂ ਹੈਗਾ ਤੇ ਮਾਸਟਰ ਜੀ ਹੁਣ ਆਖਰੀ ਸਵਾਲ ਮੇਰਾ ਹੈ ਕਿ ਕੋਰੋਨਾ ਦੇ ਚੱਲਦਿਆਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਸ ਤੋਂ ਬਚਿਆ ਜਾਏ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਬਈ ਡਿਸਟੈਂਸ ਰੱਖ ਕਰਕੇ ਗੱਲ ਕਰੋ ਬਾਰ ਕਟੋਟ ਜਾਓ ਆਪਣੇ ਆਪ ਨੂੰ ਬਚਾਓ ਦੂਜਿਆਂ ਨੂੰ ਵੀ ਬਚਾਓ ਔਰ ਜਦੋਂ ਵੀ ਤੁਸੀਂ ਘਰੋਂ ਬਾਹਰ ਜਾਂਦੇ ਹੋ ਬੜੀ ਜ਼ਰੂਰਤ ਹੈ ਤੁਹਾਨੂੰ ਤੇ ਘਰ ਆ ਕਰਕੇ ਆਪਣੇ ਹੱਥ ਮੂੰਹ ਚੰਗੀ ਤਰ੍ਹਾਂ ਸਾਫ਼ ਕਰ ਲਓ ਸੈਨੀਟਾਈਜ਼ ਕਰੋ ਆਪਣੇ ਆਪ ਨੂੰ ਔਰ ਬਿਹਤਰ ਹੋਏ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਤੇ ਆ ਕੇ ਗਰਮ ਪਾਣੀ ਨਾਲ ਨਹਾ ਲਓ ਠੀਕ ਰਹੇਗਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਇਹ ਕੋਰੋਨਾ ਜਿਹੜੀ ਹੈ ਬੜੀ ਵੱਡੀ ਮਹਾਮਾਰੀ ਹੈ ਮਾਸਕ ਪਾ ਕੇ ਰੱਖੋ ਡਿਸਟੈਂਸ ਤੇ ਰਹਿ ਕੇ ਗੱਲ ਕਰੋ ਇੱਕ ਦੂਜੇ ਦੇ ਅੰਦਰ ਮਿਕਸ ਆਪ ਹੋਣ ਦੀ ਕੋਸ਼ਿਸ਼ ਨਾ ਕਰੋ ਹੱਥ ਮਿਲਾਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਗੱਲਾਂ ਮਿਲਣ ਦੀ ਕੋਸ਼ਿਸ਼ ਨਾ ਕਰੋ ਦੂਰ ਦੂਰ ਤੋਂ ਰਹਿ ਕਰਕੇ ਗੱਲਾਂ ਬਾਤਾਂ ਕਰੋ ਆਪਣੇ ਆਪ ਨੂੰ ਬਚਾਓ ਸਮਾਜ ਨੂੰ ਬਚਾਓ ਜੈ ਹਨ ਤੇ ਇਸਨ ਸਾਡੇ ਨਾਲ ਪੂਰਵ ਕੈਬਨਿਟ ਮੰਤਰੀ ਪੰਜਾਬ ਮਾਸਟਰ ਮੋਹਨ ਲਾਲ ਜਿਨ੍ਹਾਂ ਦਾ ਕਹਿਣਾ ਹੈ ਕਿ कोरोना ਤੋਂ بچا ਜਾਏ ਖਾਸ ਕਰਕੇ ਔਰ ਸਿੱਧੂ ਔਰਾਂ ਵਾਸਤੇ ਉਹਨਾਂ ਨੇ ਕਿਹਾ ਕਿ ਜੇ ਆਂਦੇ ਨੇ ਤੇ ਵੈਲਕਮ ਹੈ ਜੇ ਨਹੀਂ ਆਂਦੇ ਤੇ ਤਾਂ ਵੀ ਉਹਨਾਂ ਦਾ ਵੈਲਕਮ ਹੈ ਤਾਂ ਵੀ ਉਹਨਾਂ ਦਾ ਉਹਨਾ ਹੀ ਆਦਰ ਉਹਨਾਂ ਦੀ ਨਜ਼ਰਾਂ 'ਚ ਰਹੇਗਾ ਬੇਬਾਕ ਗੱਲਾਂ ਕੀਤੀਆਂ ਪੰਜਾਬ ਦੀ ਰਾਜਨੀਤੀ ਦੇ ਉੱਤੇ ਦੇਖਦੇ ਰਹੋ 7C نیوز ਕੈਮਰਾਮੈਨ ਅਭਿਸ਼ੇਕ ਤੇ ਮਨੀਸ਼ ਜਨਾਲ ਸੰਜੀਵ ਮੰਗੋਤਰਾ ਪਠਾਨਕੋਟ